ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਟੀਵੀ ਮੈਸਰੂਪੇ ਖਬਰਾਂ ਦੇ ਇਸ ਬੁਲੇਟਿਨ ਦਾ ਬਹੁਤ ਬਹੁਤ ਸਵਾਗਤ ਹੈ ਪੇਸ਼ਾਨ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਅਤੇ ਔਰਮੀਆਂ ਖਬਰਾਂ। ਭਾਰਤ ਨੇ ਟ੍ਰੂਡੋ ਦੇ ਵਿਰੋਧੀ ਲਈ ਡਿਪਲੋਮੈਟਿਕ ਵੀਜ਼ਾ ਕੀਤਾ ਬਹਾਰ। ਭਾਰਤੀਆਂ ਨੂੰ ਰੂਸ ਚੰਗ ਵਿੱਚ ਭੇਜਣ ਵਾਲੇ ਚਾਰ ਮੁਲਜ਼ਮ ਹੋਏ ਗ੍ਰਿਫਤਾਰ। ਪੰਜਾਬ 'ਚ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ 6 ਪਿਸਤੋਲਾਂ ਤੇ 7 ਮੈਗਜ਼ੀਨਾਂ ਸਮੇਤ 2 ਤਸਕਰੋ ਗ੍ਰਿਫਤਾਰ ਕਿਸਾਨਾ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਕੋਆਪਰੇਟਿਵ ਬੈਂਕ ਦਾ ਮੈਨੇਜਰ ਜਸਵੀਰ ਸਿੰਘ ਫਰਾਰ ਚੋਣਾਂ ਦਾ ਪਹਿਲਾ ਕਾਲੀਦਾਨ ਨੂੰ ਲੱਗਾ ਵੱਡਾ ਝਟਕਾ ਚੜ੍ਹੇਗੋੜ ਤੋਂ ਉਮੀਦਵਾਰ ਹਰਦੀਪ ਸਿੰਘ ਆਪ ਚੋਣੇ ਸ਼ਾਮਲ ਉੱਤਰਾਖੰਡ 'ਚ ਮੌਲੇਤਾਰ ਮੀ ਬਦਲ ਫਟਣ ਕਾਰਨ ਜਨਜੀਵਤ ਹੋਇਆ ਪ੍ਰਭਾਵਿਤ ਆਈਐਮਡੀ ਨੇ ਲੋਕਾਂ ਨੂੰ ਦਿੱਤੀ ਦੇਤਾਲੜ ਹੁਣ ਇਹਨਾਂ ਖਬਰਾਂ ਦਾ ਵਿਸਤਾਰ ਭਾਰਤ ਅਤੇ ਕੈਨੇਡਾ ਦੇ ਸਬੰਧ ਤਣਾਪੂਰਨ ਬਣੇ ਹੋਏ ਹਨ ਓਟਾਵਾ ਨਾਲ ਸਾਊਥ ਬਲੌਕ ਥਿਸ ਵਨ ਸਭ ਤੋਂ ਹੇਠਲੇ ਪੱਧਰ ਤੇ ਹਨ ਪਰ ਇੱਕ ਦੂਜੇ ਸੂਬਿਆਂ ਵਿੱਚ ਜਸਟਨ ਟਰੂਡੋ ਦੀ ਪਾਰਟੀ ਦੇ ਸਿਆਸੀ ਵਿਰੋਧੀਆਂ ਨੂੰ ਆਕਰਸ਼ਿਤ ਕਰਨ ਵਿੱਚ ਲੱਗਾ ਹੈ ਜਿਵੇਂ ਕਿ ਇਸਨੇ ਗਣਤੰਤਰ ਦਿਵਸ ਦੇ ਜਸ਼ਨਾਂ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਟੈਕਸਾਸ ਦੇ ਗਵਰਨਰ ਅਤੇ ਰਿਪਬਲਿਕਨ ਗਰੇਗ ਐਬੋਰਟ ਦੇ ਸਿਆਸੀ ਵਿਰੋਧੀਆਂ ਨੂੰ ਸੱਦਾ ਦਿੱਤਾ ਸੀ ਕੈਨੇਡੀਅਨ ਸੂਬੇ ਸਿਸਕੈਚਵਨ ਨੇ ਕੋਸ਼ਨਾ ਕੀਤੀ ਹੈ ਕਿ ਭਾਰਤ ਸਰਕਾਰ ਦੇ ਸਿਸਕੈਚਵਨ ਇੰਡੀਆ ਦਫ਼ਤਰ ਦੇ ਪ੍ਰਾਂਤ ਦੇ ਮੈਨੇਜਿੰਗ ਡਾਇਰੈਕਟਰ ਲਈ ਪੂਰੀ ਡਿਪਲੋਮੈਟਿਕ ਮਾਨਤਾ ਨੂੰ ਰਸਮੀ ਤੌਰ ਤੇ ਮਨਜ਼ੂਰੀ ਦੇ ਦਿੱਤੀ ਹੈ ਹਰਦੀਪ ਸਿੰਘ ਦੇ ਕਤਲ ਨੂੰ ਲੈ ਕੇ ਇੱਕ ਉਦਨੀਤਿਕ ਵਿਵਾਦ ਤੋਂ ਬਾਅਦ ਪਿਛਲੇ ਸਾਲ ਦੇ ਅਖੀਰ ਵਿੱਚ ਭਾਰਤ ਦੁਆਰਾ ਵਾਪਸ ਲਏ ਗਏ 41 ਲੋਕਾਂ ਵਿੱਚ ਉਸ ਦਾ ਵੀਜ਼ਾ ਵਿਸ਼ਾਮ ਸੀ ਵਪਾਰ ਅਤੇ ਨਿਰਯਾਤ ਵਿਕਾਸ ਮੰਤਰੀ ਜੇਰੇਮੀ ਹੈਰਿਸਨ ਨੇ ਇੱਕ ਬਿਆਨ ਵਿੱਚ ਕਿਹਾ ਇਹ ਸਿਰਫ ਸਕੈਚਵਨ ਦੇ ਭਾਰਤ ਨਾਲ ਮਜ਼ਬੂਤ ਦੋ ਪੱਖੀ ਸਬੰਧਾਂ ਦਾ ਕਾਰਨ ਹੈ ਕਿ ਇਹ ਮਹੱਤਵਪੂਰਨ ਮੰਨਤਾ ਦਿੱਤੀ ਜਾਵੇਗੀ ਭਾਰਤ ਦੇ ਨਾਲ ਸਾਰੇ ਕੈਨੇਡੀਅਨ ਵਪਾਰ ਦਾ 25% ਤੋਂ ਵੱਧ ਸਕੈਚਵਨ ਤੋਂ ਸ਼ੁਰੂ ਹੋਣ ਦੇ ਨਾਲ ਇਹ ਬਹੁਤ ਮਹੱਤਵਪੂਰਨ ਹੈ ਭਾਰਤਿਆ ਨੂੰ ਤੋਕੇ ਨਾਲ ਰੂਸ ਯੂਕਰੇਨ ਜੰਗ ਵਿੱਚ ਭੇਜਣ ਦੇ ਮਾਮਲੇ ਵਿੱਚ ਸੀਬੀਆਈ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚੋਂ 3 ਭਾਰਤ ਦੇ ਹਨ ਜਦਕਿ ਇੱਕ ਰੂਸ ਦੇ ਰੱਖਿਆ ਮੰਤਰਾਲੇ ਵਿੱਚ ਕੰਮ ਕਰਨ ਵਾਲਾ ਅਨੁਵਾਦਕ ਹੈ। ਇਹਨਾਂ ਨੂੰ 24 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਹੁਣੇ ਜਾਣਕਾਰੀ ਸਾਹਮਣੇ ਆਈ ਹੈ। ਗ੍ਰਫਤਾਰ ਕੀਤੇ ਗਏ ਲੋਕਾਂ ਵਿੱਚ ਅਰुण ਅਤੇ ਯਸੂਦਾਸ ਤਿਰੂਵਨੰਤਪੁਰਮ ਦੇ ਰਹਿਣ ਵਾਲੇ ਹਨ ਐਂਥਨੀ ਐਲੰਗੋਵਨ ਮੁੰਬਈ ਤੋਂ ਹਨ ਜਦਕਿ ਨिजिल ਜੋਬੀ ਬੈਂਸਮ ਜ਼ਰੂਸੀ ਰਖਿਆ ਮਤਰਾਲੇ ਤੋਂ ਹੈ ਸਾਰੇ ਲੋਕ ਇੱਕ ਅਜਿਹੇ ਨੈਟਵਰਕ ਦਾ ਹਿੱਸਾ ਹਨ ਜਿਸ ਵਿੱਚ ਭਾਰਤੀਆਂ ਨੂੰ ਸੋਸ਼ਲ ਮੀਡੀਆ ਰਾਈ ਨੌਕਰੀਆਂ ਅਤੇ ਚੰਗੀਆਂ ਤਨਖਾਹਾਂ ਦਾ ਲਾਲਚ ਦੇ ਕੇ ਫਸਾਇਆ ਜਾਂਦਾ ਹੈ ਇਸ ਲਈ ਸਥਾਨਕ ਏਜੰਟਾਂ ਦੀ ਮਦਦ ਵੀ ਲਈ ਜਾਂਦੀ ਹੈ CBI ਨੇ ਕਿਹਾ ਕਿ ਰੂਸੀ ਅਨੁਵਾਦਕ ਇਸ ਨੈਟਵਰਕ ਦਾ ਅਹਿਮ ਹਿੱਸਾ ਸੀ ਉਹ ਭਾਰਤੀਆਂ ਨੂੰ ਰੂਸੀ ਫੌਜ ਵਿੱਚ ਭਰਤੀ ਕਰਦਾ ਸੀ ਐਂਥਨੀ ਨੇ ਦੁਬਈ ਵਿੱਚ ਫੈਜ਼ਲ ਬਾਬਾ ਅਤੇ ਰੂਸ ਵਿੱਚ ਆਪਣੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਭਾਰਤੀਆਂ ਲਈ ਵੀਜ਼ਾ ਅਤੇ ਹਵਾਈ ਜਹਾਜ਼ ਦੀਆਂ ਟਿਕਟਾਂ ਲੈਣ ਦਾ ਕੰਮ ਕੀਤਾ ਅਰुण ਅਤੇ ਯਸੁਦਾਸ ਸਥਾਨਕ ਏਜੰਟ ਸਨ ਰੂਸ ਵਿੱਚ ਨੌਕਰੀਆਂ ਅਤੇ ਤਨਖਾਹਾਂ ਬਾਰੇ ਲੋਕਾਂ ਨੂੰ ਧੋਖਾ ਦਿੰਦੇ ਸਨ सीबीआई ਅਨੁਸਾਰ ਉਹਨਾਂ ਨੇ ਮਨੁੱਖੀ ਤਸਕਰੇ ਲਈ ਕੁਝ ਨਿੱਜੀ ਵੀਜ਼ਾ ਸਲਾਹਕਾਰ ਫਰਮਾਂ ਅਤੇ ਜੋ ਏਜੰਟਾ ਖਿਲਾਫ ਕੇਸ ਸਰਜ ਕੀਤਾ ਹੈ ਇਸਾ ਨੈੱਟਵਰਕ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਦਿੱਲੀ ਦੀ ਇੱਕ ਵੀਜ਼ਾ ਕੰਪਨੀ ਹੁਣ ਤੱਕ ਕਰੀਬ 180 ਭਾਰਤੀਆਂ ਨੂੰ ਰੂਸ ਭੇਜ ਚੁੱਕੀ ਹੈ ਫਿਲਹਾਲ ਉਹਨਾਂ ਨੂੰ ਵਾਪਸ ਲਿਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂਚ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਵੀਜ਼ਾ ਕੰਸਲਟੈਂਸੀ ਕੰਪਨੀਆਂ ਨੂੰ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਜੋ ਵਿਦੇਸ਼ ਚ ਕੰਮ ਕਰਨਾ ਚਾਹੁੰਦੇ ਹਨ ਇਸ ਤੋਂ ਬਾਅਦ ਉਹਨਾਂ ਨੂੰ ਧੋਖਾ ਦੇਣ ਲਈ YouTube ਵੀਡੀਓਜ਼ ਬਣਾਏ ਜਾਂਦੇ ਹਨ ਇਹ ਦਿਖਾਇਆ ਗਿਆ ਹੈ ਕਿ ਰੂਸ ਵਿੱਚ ਜੰਗ ਦਾ ਕੋਈ ਅਸਰ ਨਹੀਂ ਹੈ ਅਤੇ ਹਰ ਕੋਈ ਸੁਰੱਖਿਤ ਹੈ ਇਸ ਤੋਂ ਬਾਅਦ ਰੂਸੀ ਫੌਜ ਵਿੱਚ ਹੈਲਪਰ ਕਲਰਕ ਅਤੇ ਯੁੱਧ ਵਿੱਚ ਡਿੱਗੀਆਂ ਇਮਾਰਤਾਂ ਨੂੰ ਖਾਲੀ ਕਰਨ ਦੀਆਂ ਨੌਕਰੀਆਂ ਲਈ ਖਾਲੀ ਅਸਾਮੀਆਂ ਦਿਖਾਈਆਂ ਜਾਂਦੀਆਂ ਹਨ ਵੀਡੀਓ 'ਚ ਦੱਸਿਆ ਗਿਆ ਹੈ ਕਿ ਨੌਕਰੀ ਲੈਣ ਵਾਲੇ ਲੋਕਾਂ ਨੂੰ ਜੰਗ ਲੜਨ ਲਈ ਸਰਹੱਦ ਤੇ ਨਹੀਂ ਜਾਣਾ ਪਵੇਗਾ। ਉਹਨਾਂ ਨੂੰ 3 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਦੌਰਾਨ ਉਹਨਾਂ ਨੂੰ 40000 ਰੁਪਏ ਤਨਖਾਹ ਮਿਲੇਗੇ। ਸਿਖਲਾਈ ਪੂਰੀ ਹੋਣ ਤੇ ਬਾਅਦ ਤਨਖਾਹ 1 ਲੱਖ ਰੁਪਏ ਹੋ ਜਾਵੇਗੀ। ਪੰਜਾਬ ਪੁਲਿਸ ਵੱਲੋਂ ਅੰਤਰਰਾਜੀ ਹਤਿਆਰਾ ਲਈ ਤਸਕਰੀ ਕਰਨ ਵਾਲੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ। ਦਰਅਸਲ ਕਾਊਂਟਰ ਇੰਟੈਲੀਜੈਂਸ ਜੰਦਰ ਨੇ ਖੂਫੀਆ ਜਾਣਕਾਰੀ ਤੇ ਅਧਾਰਿਤ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ 2 ਤਸਕਰਾਂ ਨੂੰ 6 ਗੈਰ ਕਾਨੂੰਨੀ ਪਿਸਤੋਲਾਂ ਅਤੇ 7 ਮੈਗਜ਼ੀਨਾ ਸਮੇਤ ਗ੍ਰਿਫਤਾਰ ਕੀਤਾ। ਇਸ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਟਵਿੱਟਰ ਜ਼ਰੀਏ ਦਿੱਤੀ ਗਈ ਹੈ ਮੁੱਢਲੀ ਜਾਂਚੋਂ ਪਤਾ ਚੱਲਦਾ ਹੈ ਕਿ ਇਹ ਰੈਕੇਟ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਕੰਮ ਕਰਦਾ ਰਿਹਾ ਸੀ ਅਤੇ ਪਿਛਲੇ 6 ਮਹੀਨਿਆਂ ਵਿੱਚ ਇਸ ਰੈਕੇਟ ਨੇ ਹਥਿਆਰਾਂ ਦੀਆਂ ਚਾਰ ਵੱਡੀਆਂ ਖੇਪਾਂ ਖਰੀਦੀਆਂ ਸਨ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਲਈ ਨਾਮਜ਼ਦ ਕੀਤੇ ਗਏ ਦੋ ਅਹਿਮ ਮਾਡਿਊਲ ਮੈਂਬਰਾਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ਅਸਲਾ ਐਕਟ ਤਹਿਤ ਐਫਆਈਆਰ ਅਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ ਇਸਨਾਲੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਸੰਗਠਿਤ ਅਪਰਾਧ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਵਿੱਚ ਸ਼ਾਮਲ ਸਾਰੇ ਲੋਕਾਂ ਖਿਲਾਫ ਸਖਤ ਕਾਰਵਾਈ ਕਰੇਗੀ। ਲੋਕ ਆਪਣੀ ਸਾਰੀ ਪੂੰਜੀ ਬੈਂਕ ਵਿੱਚ ਜਮ੍ਹਾਂ ਕਰਵਾਉਂਦੇ ਹਨ ਕਿਉਂਕਿ ਉਹਨਾਂ ਨੂੰ ਬੈਂਕ ਤੇ ਵਿਸ਼ਵਾਸ ਹੁੰਦਾ ਹੈ ਕਿ ਇਹੀ ਉਹ ਥਾਂ ਹੈ ਜਿੱਥੇ ਉਹਨਾਂ ਦਾ ਪੈਸਾ ਸੁਰੱਖਿਤ ਹੈ ਪਰ ਜੇ ਬੈਂਕਾਂ ਵਿੱਚ ਲੋਕਾਂ ਦੇ ਪੈਸੇ ਸੁਰੱਖਿਤ ਨਾ ਰਹਿ ਫਿਰ ਕੀ ਹੋਵੇਗਾ ਜੀ ਹਾਂ ਮੁਹਾਲੀ ਦੇ ਸਿਆਲਵਾ ਵਿੱਚ ਕਿਸਾਨਾਂ ਨੇ ਕੋਆਪਰੇਟਿਵ ਬੈਂਕ ਵਿੱਚ ਆਪਣੇ ਪੈਸੇ ਜਮ੍ਹਾਂ ਕਰਵਾਏ ਪਰ ਇੱਥੇ ਬੈਂਕ ਮੈਨੇਜਰ ਨੇ ਕਿਸਾਨਾਂ ਦੇ ਲੱਖਾਂ ਕਰੋੜਾ ਰੁਪਏ ਠੱਗ ਲਏ ਬ੍ਰਾਂਚ ਮੈਨੇਜਰ ਨੇ 3 ਕਰੋੜ ਰੁਪਏ ਦਾ ਗਵਨ ਕੀਤਾ ਹਾਲਾਂਕਿ ਬੈਂਕ ਮੈਨੇਜਰ ਜਸਵੀਰ ਸਿੰਘ ਦੀ ਇਸ ਬ੍ਰਾਂਚ ਜੋ ਤਕਰੀਬਨ 2 ਮਹੀਨੇ ਪਹਿਲਾਂ ਬਦਲੀ ਹੋ ਚੁੱਕੀ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇਸ ਕਪਲੇ ਬਾਰੇ ਖਾਤਾਧਾਰਕਾਂ ਤੇ ਬੈਂਕ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਬੈਂਕ ਵੱਲੋਂ ਪਾਸਬੁੱਕ ਤੇ ਐਂਟਰੀਆਂ ਕੀਤੀਆਂ ਗਈਆਂ ਖਾਤਾਧਾਰਕਾ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਆਪਣੇ ਪਾਸਬੁੱਕ ਦੀਆਂ ਐਂਟਰੀਆਂ ਕਰਵਾਈਆਂ ਤਾਂ ਉਹਨਾਂ ਨੂੰ ਮਾਮਲੇ ਬਾਰੇ ਪਤਾ ਲੱਗਾ ਕਿ ਉਹਨਾਂ ਦੇ ਖਾਤੇ ਵਿੱਚ ਜੋ ਵੀ ਰਕਮ ਜਮ੍ਹਾਂ ਸੀ ਉਹ ਬੈਂਕ ਮੈਨੇਜਰ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਕਢਵਾ ਲਈ ਗਈ ਹੈ ਕਿਸਾਨਾਂ ਨਾਲ ਠੱਗੀ ਕਰਨ ਤੋਂ ਬਾਅਦ ਬੈਂਕ ਮੈਨੇਜਰ ਫਰਾਡ ਚਲ ਰਿਹਾ ਹੈ ਇਸ ਸਬੰਧੀ ਸ਼ਿਕਾਇਤ ਮੌਜੂਦਾ ਮੈਨੇਜਰ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਮੁਢਲੀ ਜਾਂਚ ਵਿੱਚ ਪਤਾ ਚਲਿਆ ਕਿ ਤਕਰੀਬਨ 21 ਖਾਤਿਆਂ ਦੇ ਵਿੱਚੋਂ 3.5 ਕਰੋੜ ਰੁਪਏ ਪੁਰਾਣੇ ਮੈਨੇਜਰ ਜਸਪ੍ਰੀਤ ਸਿੰਘ ਵੱਲੋਂ ਕਢਵਾ ਲਏ ਗਏ ਹਨ ਜਿਸ ਸਬੰਧੀ ਬੈਂਕ ਦੇ ਆਲਾ ਅਧਿਕਾਰੀਆਂ ਵੱਲੋਂ ਐਸਐਸਪੀ ਮੁਹਾਲੀ ਨੂੰ ਲਿਖੀ ਸ਼ਿਕਾਇਤ ਸੌਂਪੀ ਗਈ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਬੱਦਲ ਨੂੰ ਉਸ ਵੇਲੇ ਵੱਡਾ ਚਟਕਾ ਲੱਗਾ ਜਦੋਂ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਨੇ ਆਪਣੇ ਸੈਂਕੜੇ ਸਾਥੀਆਂ ਸਨੇ ਆਮ ਆਦੀ ਪਾਰਟੀ ਚ ਸ਼ਮੂਲੀਅਤ ਕੀਤੀ ਚੰਡੀਗੜ੍ਹ ਤੋਂ ਦੋ ਦਿਨ ਬਾਅਦ ਕੌਂਸਲਰ ਅਤੇ ਸੀਨੀਅਰ ਡਿਪਟੀ ਮੇਅਰ ਰਹਿ ਚੁਕੇ ਹਰਦੀਪ ਸਿੰਘ ਬੁਟਰੇਲਾ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਮਾਨ ਕੀਤਾ ਅਤੇ ਪਾਰਟੀ ਚ ਸਵਾਗਤ ਕੀਤਾ ਮੁੱਖ ਮੰਤਰੀ ਮਾਨ ਨੇ ਰਸਮੀ ਤੌਰ ਤੇ ਉਹਨਾਂ ਨੂੰ ਪਾਰਟੀ ਚ ਸ਼ਮੂਲੀਅਤ ਕਰਵਾਈ ਦੱਸਣਯੋਗ ਹੈ ਕਿ ਹਰਦੀਪ ਸਿੰਘ ਬੁਟਰੇਲਾ ਨੇ ਪਿਛਲੇ ਦਿਨੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਤੋਂ ਦਿੱਤੀ ਟਿਕਟ ਵਾਪਸ ਕਰ ਦਿੱਤੀ ਸੀ ਅਤੇ ਪਾਰਟੀ ਛੱਡਣ ਦਾ ਐਲਾਨ ਕੀਤਾ ਸੀ

ਉਤਰਾਖੰਡ ਚ ਮੌਲੇਤਾਰ ਮੀ ਹੱਤੇ ਬੱਦਲ ਫਟਣ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ ਹਾਲਾਂਕਿ ਇਸ ਨਾਲ ਪਹਾੜੀ ਸੂਬੇ ਦੇ ਕੁਝ ਹਿੱਸਿਆਂ ਚ ਲੱਗੀ ਜੰਗਲ ਦੀ ਅੱਗ ਤੇ ਕਾਬੂ ਪਾਉਣ ਵਿੱਚ ਮਦਦ ਮਿਲੀ ਹੈ ਭਾਰਤ ਮੌਸਮ ਵਿਗਿਆਨ ਵਿਭਾਗ ਨੇ ਲੋਕਾਂ ਨੂੰ ਪਹਾੜਾ ਦੀ ਯਾਤਰਾ ਕਰਨ ਤੋਂ ਸਾਵਧਾਨ ਕੀਤਾ ਹੈ ਕਿਉਂਕਿ 13 ਮਈ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਦੱਸ ਦਈਏ ਕਿ ਉਤਰਾਖੰਡ ਦੇ ਅਲਮੋੜਾ ਉਤਰਕਾਸ਼ੀ ਅਤੇ ਬਗੇਸ਼ਵਰ ਜ਼ਿਲ੍ਹਿਆਂ ਵਿੱਚ ਮੌਲੇਤਾਰ ਮੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਇਸਲੇ ਇਲਾਕੇ ਵਿੱਚ ਕੜਾਜ ਪਾਣੀ ਭਰ ਗਿਆ ਹੈ ਜਦ ਕਿ ਸੜਕਾਂ ਤੇ ਆਵਾਜਾਈ ਜਾਮ ਵਿਖਿਆ ਗਿਆ ਹਨ ਪਰ ਮੀਂਹ ਨੇ ਕਾਫੀ ਹੱਦ ਤੱਕ ਜੰਗਲ ਦੀ ਅੱਗ ਬੁਝਾਉਣ ਵਿੱਚ ਮਦਦ ਕੀਤੀ ਹੈ ਖਾਸ ਕਰਕੇ ਕੁਮਾਉ ਖੇਤਰਾ ਵਿੱਚ 8 ਮਈ ਦੀ ਰਾਤ ਨੂੰ ਅਲਮੋੜਾ ਚ ਬੱਦਲ ਫਟਣ ਨਾਲ ਅਲਮੋੜਾ ਕੋਸਾਨੀ ਹਾਈਵੇ ਪੂਰੀ ਤਰ੍ਹਾਂ ਬੰਦ ਹੋ ਗਿਆ ਜਦ ਕਿ ਹੇਠਲੇ ਇਲਾਕੇ ਵਿੱਚ ਦੁਕਾਨਾਂ ਅਤੇ ਮਕਾਨ ਪਾਣੀ ਦੇ ਵਹਾਅ ਨਾਲ ਆਏ ਮਲਬੇ ਨਾਲ ਭਰ ਗਏ ਇਸ ਦਰਮਿਆਨ ਕਰੀਬ ਅੱਧਾ ਦਰਜਨ ਵਾਹਨ ਵੀ ਫਸੇ ਰਹੇ ਅਤੇ almoora kosani ਮਲਬੇ ਨਾਲ ਪ੍ਰਭਾਵਿਤ ਰਿਹਾ ਉਧਰ ਮੁੱਖ ਮੰਤਰੀ ਪੁਸ਼ਕਰ ਸਿੰਘ ਤਾਮੀ ਨੇ ਮੌਨਸੂਨ ਆਫਤ ਘਟਾਉਣ ਦੇ ਨਾਲ ਹੀ ਚਾਰ tạm ਯਾਤਰਾ ਪ੍ਰਬੰਧਨ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਉਹਨਾਂ ਨੇ ਅਧਿਕਾਰੀਆਂ ਨੂੰ ਪੂਰੇ ਸਾਧਨਾਂ ਦਾ ਇਸਤੇਮਾਲ ਕਰਨ ਦਾ ਆਦੇਸ਼ ਦਿੱਤਾ ਅਤੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਤੇ ਕਾਰਵਾਈ ਕੀਤੀ ਜਾਵੇਗੀ। ਅਲਮੋੜਾ ਕੋਸਾਨੀ ਹਾਈਵੇ ਬੰਦ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ ਕਈ ਵਾਹਨ ਫਸੇ ਰਹੇ ਪਾਵੇਂ ਪ੍ਰਸ਼ਾਸਨ ਨੇ ਸੜਕ ਨੂੰ ਖੋਲਣ ਲਈ ਜੀਸੀਬੀ ਮੌਕੇ ਤੇ ਭੇਜੀ ਪਰ ਦੇਰ ਰਾਤ ਤੱਕ ਵੀ ਆਵਾਜਾਈ ਸ਼ੁਰੂ ਨਹੀਂ ਹੋ ਸਕੇ ਮਲਬੇ ਕਾਰਨ ਅਲਮੋੜਾ ਕੋਸਾਨੀ ਹਾਈਵੇ ਵੀ ਬੰਦ ਹੋ ਗਿਆ ਕਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੋਰ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਜਾਣਗੇ ਸੰਗਰੂਰ ਦੇ ਕਪਿਆਲ ਪਿੰਡ ਵਿੱਚ ਖੇਤਾਂ ਵਿੱਚ ਪਾਣੀ ਪੀਣ ਤੋਂ ਬਾਅਦ ਗੁਜਰਾ ਦੀਆਂ 18 ਮੱਝਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਗੁੱਜਰ ਪਰਿਵਾਰ ਖੇਤ ਖਾਲੀ ਹੋਣ ਤੋਂ ਬਾਅਦ ਖੇਤਾਂ ਵਿੱਚ ਮੱਝਾਂ ਚਰਾਉਣ ਲੈ ਕੇ ਗਈ ਸੀ ਬੀਤੇ ਦਿਨੀ ਦੁਪਹਿਰ 2 ਵਜੇ ਸੜਕ ਕੰਡੇ ਬਣੀ ਖਲ ਵਿੱਚੋਂ ਪਾਣੀ ਪੀਣ ਤੋਂ ਬਾਅਦ 10-15 ਮਿੰਟਾਂ ਬਾਅਦ ਹੀ ਵੱਡੀ ਗਿਣਤੀ ਵਿੱਚ ਮੱਝਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਗੁੱਜੋ ਪਰਿਵਾਰ ਦਾ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆ ਪੀੜਿਤ ਗੁੱਜੋ ਭਾਈਚਾਰੇ ਨਾਲ ਸੰਬੰਧਿਤ ਮੂਸਾ ਖਾਨ ਪੁੱਤਰ ਅल्फदीन ਨੇ ਗਾਮਾ ਖਾਨ ਪੁੱਤਰ ਕਾਸਮ ਖਾਨ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਜੰਪਾਲ ਹਨ ਅਤੇ ਕਰੀਬ 25-30 ਸਾਲਾਂ ਤੋਂ ਪੰਜਾਬ ਅੰਦਰ ਸੰਗਰੂਰ ਜ਼ਿਲ੍ਹੇ ਦੇ ਤੂਰੀ ਨੇੜੇ ਪਿੰਡ ਤੂਰਾ ਵਿਖੇ ਆਪਣੇ ਡੇਰੇ 'ਚ ਰਹਿ ਰਹੇ ਹਨ ਉਹਨਾਂ ਨੇ ਦੱਸਿਆ ਕਿ ਉਹ ਪਸ਼ੂ ਪਾਲਣ ਦਾ ਕੰਮ ਕਰਦੇ ਹਨ ਤੇ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਉਹਨਾਂ ਨੇ ਵੀ ਦੱਸਿਆ ਕਿ ਉਹ ਆਪਣੇ ਪਸ਼ੂਆਂ ਨੂੰ ਚਰਾਉਣ ਦੇ ਲਈ ਵਕ-ਵਕ ਪਿੰਡਾਂ 'ਚ ਲੈ ਜਾਂਦੇ ਹਨ ਤੇ ਖੁੱਲੀਆਂ ਥਾਵਾਂ 'ਤੇ ਆਪਣੇ ਪਸ਼ੂਆਂ ਨੂੰ ਚਰਾਉਂਦੇ ਹਨ। ਇਜੇ ਚਾਲਦੇ ਆ ਉਹ ਆਪਣੀਆਂ 32 ਦੇ ਕਰੀਬ ਮੱਝਾਂ ਨੂੰ ਲੈ ਕੇ ਪਿੰਡ ਸੰਗਰੇੜੀ ਤੋਂ ਪਿੰਡ ਕਪਿਆਲ ਨੂੰ ਆਉਂਦੀ ਸੜਕ ਉੱਪਰ ਚਰੌਣਾ ਐ ਸੀ। ਅਜਰਾਂ ਦੇ ਪਹਿਰ ਸਮੇ ਮੱਝਾਂ ਨੂੰ ਪਿਆਸ ਲੱਗਣ ਤੇ ਉਹਨਾਂ ਨੇ ਇੱਥੇ ਸਥਿਤ ਇੱਕ ਖੇਤ 'ਚ ਇੱਕ ਮੋਟਰ ਵਾਲੇ 2 ਬੱਚੇ ਜੋ ਆਪਣੀਆਂ ਮੱਝਾਂ ਨੂੰ ਜਦੋਂ ਪਾਣੀ ਪਿਲਾਇਆ ਤਾਂ ਦੇਖਦੇ ਦੇਖਦੇ ਉਹਨਾਂ ਦੀਆਂ ਮੱਝਾਂ ਇੱਕ ਇੱਕ ਕਰਕੇ ਇੱਥੇ ਜ਼ਮੀਨ ਉੱਪਰ ਡਿਗਣੀਆਂ ਸ਼ੁਰੂ ਹੋ ਗਈਆਂ ਤੇ ਮੱਝਾਂ ਨੇ ਦਮ ਤੋੜ ਦਿੱਤਾ। ਪਿੰਡ ਗੋਬਿੰਦਪੁਰਾ ਜਵਾਹਰਵਾਲਾ ਦੇ ਆਂਗਣਵਾੜੀ ਸੈਂਟਰ ਵਿੱਚ ਬੱਚਿਆਂ ਨੂੰ ਪਿਓਣ ਵਾਸਤੇ ਮਿਆਦ ਲੰਘ ਚੁਕੀਆਂ ਆਇਰਨ ਤੇ ਫੋਲਿਕ ਐਸਿਡ ਸਿਰਫ ਵੰਡ ਦਿੱਤਾ ਗਿਆ ਇਸ ਨਾਲ ਬੱਚਿਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਸੀ ਬੱਚਿਆਂ ਦੇ ਮਾਪਿਆਂ ਨੇ ਅੰਗਣਵੜੀ ਕੇਂਦਰ ਦੇ ਵਰਕਰਾਂ ਤੇ ਸਬੰਧਿਤ ਲਹਿਰ ਗਾਗਾ ਸਥਿਤ ਮਹਿਕਮੇ ਦੇ ਦੋਸ਼ ਲਾਏ ਕਿ ਜੇ ਬੱਚਿਆਂ ਨੂੰ ਕੁਝ ਹੋ ਗਿਆ ਤਾਂ ਅੰਗਣਵੜੀ ਵਿਭਾਗ ਇਸ ਦਾ ਜ਼ਿੰਮੇਵਾਰ ਹੈ ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਅਤੇ ਅੰਗਣਵੜੀ ਵਿਭਾਗ ਦੀ ਇਹ ਬਹੁਤ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਕਿਉਂਕਿ ਬੱਚਿਆਂ ਨੂੰ ਦੇਣ ਵਾਲਾ ਆਇਰਨ ਤੇ ਫੋਲਿਕ ਐਸਿਡ ਸਰਪ 6 ਮਹੀਨੇ ਦੀ ਐਕਸਪਾਇਰੀ ਡੇਟ ਦਾ ਹੈ ਪੱਤਰਕਾਰਾਂ ਦੀ ਪੇਨਕ ਪੈਂਦਿਆ ਹੀ ਅੰਗਨਵਾੜੀ ਕੇਂਦਰ ਦੇ ਵਰਕਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਿਸ ਕਾਰਨ ਅੰਗਨਵਾੜੀ ਕੇਂਦਰ ਵਿੱਚ ਮੁਲਾਜ਼ਮਾ ਨੇ ਪਈ ਦਵਾਈ ਦੀ ਦੂਜੀ ਡੋਜ਼ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਪੱਤਰਕਾਰਾਂ ਨੇ ਪਛਦੀ ਦਵਾਈ ਤੇ ਨਸ਼ਟ ਕੀਤੀ ਦਵਾਈ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਕਰ ਲਈਆਂ ਦੇ ਇਸ ਦੀ ਐਕਸ ਐਕਸਪਾਇਰੀ ਤਰੀਕ ਸਬੰਧੀ ਗੱਲ ਕੀਤੀ ਜਾਵੇ ਤਾਂ ਇਸ ਦੀ ਬਨਨ ਦੀ ਮਿਤੀ 6 2022 ਅਤੇ ਐਕਸਪਾਇਰੀ ਮਿਤੀ 11 2023 ਹੈ ਜਦਕਿ ਇਸ ਨੂੰ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ 2024 ਵਿੱਚ ਵੰਡਿਆ ਜਾ ਰਿਹਾ ਜੋ ਕਿ ਆਪਣੇ ਆਵ ਵਿਚ অপরাধਿਕ ਮਾਮਲਾ ਹੈ ਪਿੰਡ ਵਸਿਆ ਨੇ ਕਿਹਾ ਕਿ ਅੰਗਣਵਾੜੀ ਵਿਭਾਗ ਨੇ ਬੱਚਿਆਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਹੈ ਇਸ ਲਈ ਇਸ ਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਹਵਾਲਾਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਹਵਾਲਾਤੀ ਨੇ ਜੇਲ੍ਹ ਵਿੱਚੋਂ ਫੋਨ ਤੇ ਆਪਣੇ ਨਜ਼ਦੀਕੀ ਨੂੰ ਵੀਡੀਓ ਕਾਲ ਕੀਤੀ ਤੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਹੈ ਇਹ ਹਵਾਲਾਤੀ ਨਜਾ ਤਸਕਰਾਂ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸ ਦਈਏ ਕਿ ਫਰੀਦਕੋਟ ਦੀ ਮਾਡਰਨ ਜੇਲ੍ਹ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਆਏ ਦਿਨ ਹੀ ਜੇਲ੍ਹ ਦੇ ਅੰਦਰੋਂ ਮੋਬਾਈਲ ਮਿਲਣਾ ਤੇ ਨਸ਼ੀਲੇ ਪਦਾਰਥ ਮਿਲਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਉਤੇ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਹੈ ਜੋ ਫਰੀਦਕੋਟ ਦੀ ਜੇਲ੍ਹ ਵਿੱਚ ਬੰਦ ਹਵਲਾਤੀ ਦੀ ਦੱਸੀ ਜਾ ਰਹੀ ਹੈ ਇਸ ਵੀਡੀਓ ਵਿੱਚ ਉਹ ਆਪਣੇ ਸਾਥੀ ਨਾਲ ਵੀਡੀਓ ਕਾਲ ਤੇ ਗੱਲ ਕਰਦਾ ਹੈ ਉਸ ਤੋਂ ਬਾਅਦ ਉਸ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਪਤਾ ਲੱਗਨ ਮਗਰੋਂ ਫਰੀਦਕੋਟ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਫਰੀਦਕੋਟ ਦੀ ਜੇਲ੍ਹ ਵਿੱਚ ਮੰਗਲ ਸਿੰਘ ਨਾਮੀ ਹਵਲਾਤੀ ਬੰਦ ਹੈ ਉਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਦੀ ਚੈਕਿੰਗ ਕੀਤੀ ਗਈ ਤੇ ਇੱਕ ਮੋਬਾਈਲ ਉਸ ਕੋਲ ਬਰਾਮਦ ਹੋਇਆ ਹੈ ਬ੍ਰਿਟਿਸ਼ ਫਾਰਮਾਸਟਿਕਲ ਕੰਪਨੀ ਐਕਸਟਰਾ ਜ਼ਨੇਕਾ ਨੇ ਕਰੋਨਾ ਵੈਕਸੀਨ ਕੋਵਿਸ਼ੀਲ ਦੇ ਮਾੜੇ ਪ੍ਰਭਾਵਾਂ ਦੇ ਮੱਦੇਨਜ਼ਰ ਵੈਕਸੀਨ ਵਾਪਸ ਲੈਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਇਸ ਵੈਕਸੀਨ ਦਾ ਉਤਪਾਦਨ ਵੀ ਰੋਕ ਦਿੱਤਾ ਗਿਆ ਹੈ। ਇਸ ਦੌਰਾਨ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਸੀਰਮ ਇੰਸਟੀਚਿਊਟ ਨੇ ਭਾਰਤ ਵਿੱਚ ਕੋਵਿਸ਼ੀਲ ਵੈਕਸੀਨ ਦਾ ਨਿਰਮਾਣ ਕੀਤਾ ਸੀ ਅਤੇ ਇਸ ਨੂੰ ਬਾਜ਼ਾਰ ਵਿੱਚ ਉਪਲਬਧ ਕਰਵਾਇਆ ਸੀ। ਸੀਰਮ ਇੰਸਟੀਚਿਊਟ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ 2021 ਵਿੱਚ ਵੈਕਸੀਨ ਦੀ ਸਪਲਾਈ ਦੀ ਸ਼ੁਰੂਆਤ ਵਿੱਚ ਪੈਕੇਜਿੰਗ ਇਨਸਰਟ ਦੇ ਵਿੱਚ ਡੀਟੀਐ ਸਮੇਤ ਵੈਕਸੀਨ ਦੇ ਸਾਰੇ ਮਾੜੇ ਪ੍ਰਭਾਵਾਂ ਦਾ ਖੁਲਾਸਾ ਕੀਤਾ ਸੀ ਪਰ ਐਸਟਰਾਜ਼ਨੇਕਾ ਨੇ ਕਿਹਾ ਕਿ ਕੋਵਿਸ਼ੀਲਡ ਵੈਕਸੀਨ ਇਸ ਤੋਂ ਬਾਅਦ ਸਰੀਜ ਖੂਨ ਦੇ ਗਤਲੇ ਯਾਨੀ ਬਲੱਡ ਕਲੋਟਸ ਬਣਨਨੇ ਸ਼ੁਰੂ ਹੋ ਗਏ ਹਨ ਪੂਰੀ ਦੁਨੀਆ ਚ ਹਲਚਲ ਮਚ ਗਈ ਹੈ ਸੇਰਮ ਇੰਸਟੀਚਿਊਟ ਨੇ ਕਿਹਾ ਕਿ ਦਸੰਬਰ 2021 ਵਿੱਚ ਵੈਕਸੀਨ ਦੀ ਮੰਗ ਘਟ ਗਈ ਸੀ ਇਸ ਲਈ ਕੰਪਨੀ ਨੇ ਇਸ ਦੇ ਉਤਪਾਦਨ ਅਤੇ ਸਪਲਾਈ ਰੋਕ ਦਿੱਤੀ ਸੀ ਬ੍ਰਿਟਿਸ਼ ਕੰਪਨੀ ਐਸਟਰਾਜ਼ਨੇਕਾ ਨੇ ਦੁਨੀਆ ਭਰ ਦੇ ਦੇਸ਼ਾਂ ਤੋਂ ਆਪਣੀ ਕੋਰੋਨਾ ਵੈਕਸੀਨ ਵੈਕਸ ਜ਼ਾਵੇਰੀਆ ਦੇ ਸਟਾਕ ਨੂੰ ਵਾਪਸ ਬੁਲਾ ਲਿਆ ਹੈ ਸੇਰਮ ਇੰਸਟੀਚਿਊਟ ਇਸ ਵੈਕਸੀਨ ਨੂੰ ਭਾਰਤ ਵਿੱਚ ਬਣਾ ਰਹੀ ਸੀ ਪਰ ਭਾਰਤ ਵਿੱਚ ਬਣ ਰਹੀ ਵੈਕਸੀਨ ਦਾ ਨਾਮ ਕੋਵਿਡ ਸ਼ੀਲਡ ਹੈ ਅਤੇ ਦਵਾਈ ਉਸੇ ਫਾਰਮੂਲੇ ਦੇ ਅਨੁਸਾਰ ਬਣਾਈ ਗਈ ਸੀ ਜਿਸ ਤੋਂ ਵੈਕਸਾ ਜਾਵੇਰੀਆ ਬਣਾਈ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਚੋਣਾ ਵਿੱਚ ਕਈ ਵਾਰ ਇਸ ਤਰ੍ਹਾਂ ਦੀਆਂ ਕੁਤਾਹੀਆਂ ਕਰ ਦਿੰਦਾ ਹੈ ਕਿ ਬਿਨਾਂ ਦੇਖੇ ਕੰਮ ਕੀਤਾ ਜਾਂਦਾ ਹੈ। ਜੋ ਮਨ ਵਿੱਚ ਆਏ ਜਿਸ ਦੀ ਮਰਜ਼ੀ ਡਿਊਟੀ ਲਗਾ ਦਿੱਤੀ ਜਾਂਦੀ ਹੈ। ਹੁਣ ਇੱਕ ਮਾਮਲਾ ਅਜਿਹਾ ਸਾਹਮਣੇ ਆਇਆ ਹੈ ਕਿ ਇੱਕ ਨਗਰ ਨਿਗਮ ਦੇ ਮੁਲਾਜ਼ਮ ਦੀ ਸਾਲ 2021 ਵਿੱਚ 3 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਟ੍ਰਿਕ ਮੁਲਾਜ਼ਮ ਕੁਲਬੀਰ ਸਿੰਘ ਜੋ ਕਿ ਨਿਗਮ ਵਿੱਚ ਟਿਊਬਵੈਲ ਆਪਰੇਟਰ ਵਜੋਂ ਕੰਮ ਕਰਦਾ ਸੀ ਉਸ ਦੀ ਡਿਊਟੀ ਲੋਕ ਸਭਾ ਚੋਣਾਂ ਦੌਰਾਨ ਲਗਾ ਦਿੱਤੀ ਪਰ ਵੱਡੀ ਗੱਲ ਇਹ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਵਿੱਚ ਇਹ ਕਹਿ ਕੇ ਉਸ ਦੀ ਡਿਊਟੀ ਕੱਢ ਦਿੱਤੀ ਕਿ ਉਸ ਦੀ ਮੌਤ ਹੋ ਗਈ ਹੈ ਡਿਊਟੀ ਕਿਵੇਂ ਲਗਾਈ ਗਈ ਜਿਸ ਬਾਰੇ ਉੱਥੇ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਗਲਤ ਤੀਸੀ ਅਤੇ ਇੱਕ ਡਿਊਟੀ ਕਟ ਦਿੱਤੀ ਜਾਵੇਗੀ। ਜ਼ਿਲ੍ਹਾ ਚੌਂਕ ਅਫਸਰ ਵੱਲੋਂ ਉਕਤ ਵਿ੍ਰਿਤਕ ਮੁਲਾਜ਼ਮ ਦੇ ਨਾਮ ਤੇ ਤਾਰਾ 134 ਤਹਿਤ ਗੈਰ ਹਾਜ਼ਰ ਰਹਿਣ ਦਾ ਨੋਟਿਸ ਜਾਰੀ ਕੀਤਾ ਗਿਆ। ਜਿਸ ਵਿੱਚ ਲਿਖਿਆ ਗਿਆ ਹੈ ਕਿ ਉਸਨੇ ਆਪਣੀ ਡਿਊਟੀ ਤੋਂ ਗੈਰ ਹਾਜ਼ਰੀ ਦਿਖਾਈ ਹੈ। ਦਿਸ ਜਵਾਬ ਮੰਗਿਆ ਗਿਆ ਜਦ ਕਿ ਉਸ ਨੂੰ ਚੌਣਾ ਵਿੱਚ ਡਿਊਟੀ ਕਰਨ ਲਈ ਕਿਹਾ ਗਿਆ ਹੈ ਅਤੇ ਜੇਕਰ ਔਰ ਡਿਊਟੀ ਨਹੀਂ ਕਰਦਾ ਤਾਂ ਲਿਖਤੀ ਰੂਪ ਵਿੱਚ ਕਿਹਾ ਗਿਆ ਹੈ ਕਿ ਉਸ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇਗੀ ਇਸ ਪੱਤਰ ਨੂੰ ਲੈ ਕੇ ਉਸ ਦਾ ਮੁੰਡਾ ਨਿਗਮ ਦੇ ਚੌਂ ਸੈਲ ਵਿੱਚ ਅਧਿਕਾਰੀਆਂ ਨੂੰ ਦਿਖਾ ਰਿਹਾ ਸੀ ਕਿ ਡਿਊਟੀ ਤੋਂ ਕੱਟੇ ਜਾਣ ਦੇ ਬਾਵਜੂਦ ਅਜਿਹੇ ਪੱਤਰ ਆ ਰਹੇ ਹਨ ਇੱਥੇ ਸਦਰ ਪੁਲਿਸ ਨੇ ਇੱਕ ਘਰ ਅੰਦਰ ਚੱਲ ਰਹੇ ਲਿੰਗ ਜਾਂਚ ਕੇਂਦਰ ਤੇ ਛਾਪੇਮਾਰੀ ਕਰਦਿਆਂ 80 ਦਰਜਨ ਦੋਵਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਇੱਕ ਵਿਅਕਤੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ, ਜਦਕਿ ਬਾਕੀ ਦੋਸ਼ੀ ਫਰਾਰ ਹੋਣ ਦਾ ਕਾਮਯਾਬ ਹੋ ਚੁੱਕੇ ਨੇ। ਜਾਣਕਾਰੀ ਮੁਤਾਬਕ ਸਿਵਲ ਸਰਜਨ ਜੱਜਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਜੱਜਰ ਤੋਂ ਗਰਭਵਤੀ ਔਰਤਾਂ ਨੂੰ ਉਹਨਾਂ ਦੇ ਗਰਭ 'ਚ ਪਲ ਰਹੇ ਬੱਚੇ ਦਾ ਲਿੰਗ ਨਿਰਧਾਰਨ ਦਾ ਲਾਲਚ ਦੇ ਕੇ ਗੈਰ ਕਾਨੂੰਨੀ ਤਰੀਕੇ ਨਾਲ ਅਲਟਰਾਸਾਉਂਡ ਕਰਵਾਉਂਦਾ ਹੈ। ਇਸੇ ਬਦਲੇ ਉਹ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਘਰਵਾਲਿਆਂ ਤੋਂ ਮੋਟੀ ਰਕਮ ਵਸੂਲਦਾ ਹੈ ਇਸ ਮਗਰੋਂ ਸਿਹਤ ਵਿਭਾਗ ਦੀ ਟੀਮ ਵੱਲੋਂ ਪ੍ਰਦੀਪ ਕੁਮਾਰ ਨੂੰ ਇਸ ਕੰਮ ਲਈ ਤਿਆਰ ਕੀਤਾ ਗਿਆ ਜਿਸ ਨੇ ਲਿੰਗ ਜਾਂਚ ਟੈਸਟ ਕਰਵਾਉਣ ਵਾਲੇ ਵਿਅਕਤੀ ਨਾਲ 90000 ਟੈਸਟ ਕਰਾਉਣ ਦਾ ਸੌਦਾ ਕੀਤਾ ਇਸ ਮਗਰੋਂ ਟੀਮ ਨੇ ਜਾਲ ਵਿਛਾ ਕੇ ਉਕਤ ਲਿੰਗ ਜਾਂਚ ਕੇਂਦਰ ਤੇ ਛਾਪੇਮਾਰੀ ਕੀਤੀ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹਾਲੀ ਦੇ ਵਿੱਚ ਪਾਜ ਪਾਜ ਸ਼ਾਮਲ ਹੋਏ ਆਪ ਵਿਧਾਇਕ ਸ਼ੇਤਲ ਅੰਗਰਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅੰਗਰਾਲ ਨੇ ਪਟੀਸ਼ਨ ਦਾਇਰ ਕਰਕੇ ਇਹ ਜ਼ਮਾਨਤ ਦੀ ਮੰਗ ਕੀਤੀ ਹੈ ਇਸ ਪਟੀਸ਼ਨ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹੁਣ ਸਿਆਸੀ ਰੰਜਿਸ਼ ਕਾਰਨ ਉਹਨਾਂ ਨੂੰ ਕਿਸੇ ਨਾ ਕਿਸੇ ਮਾਮਲੇ 'ਚ ਫਸਾਉਣਾ ਚਾਹੁੰਦੀ ਹੈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ GST ਵਸੂਲੀ ਲਈ ਕਾਰੋਬਾਰੀਆਂ ਦੇ ਵਿਰੁੱਧ ਤਲਾਸ਼ੀ ਅਤੇ ਜ਼ਬਤੀ ਮੁਹਿੰਮਾ ਦੌਰਾਨ ਧਮਕੀਆਂ ਦੇ ਜ਼ਬਰਦਸਤੀ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਉਨ੍ਹਾਂ ਨੂੰ ਸਵੈ ਇੱਛਾ ਦੇ ਨਾਲ ਬਕਾਇਆ ਦਾ ਭੁਗਤਾਨ ਕਰਨ ਲਈ ਮਨਾਉਣਾ ਚਾਹੀਦਾ ਹੈ ਇਸੇ ਦੇ ਨਾਲ ਹੀ ਇੱਥੇ ਮੌਜੂਦ ਜਸਟਿਸ ਸੰਜੀਵ ਖੰਨਾ, ਐਮ ਐਮ ਸੁਨਦਰੇਸ਼ ਅਤੇ ਬੇਲਾ ਐਮ ત્રिवेदी ਦੇ ਬੈਂਚ ਨੇ ਕਿਹਾ ਕਿ GST ਕਾਨੂੰਨ ਦੇ ਤਹਿਤ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਜੋ ਅਧਿਕਾਰੀਆਂ ਨੂੰ ਬਕਾਇਆ ਭੁਗਤਾਨ ਲਈ ਤਾਕਤ ਦੀ ਵਰਤੋਂ ਕਰਨ ਦਾ ਅਧਿਕਾਰ ਦਿੰਦਾ ਹੈ ਸੁਪਰੀਮ ਕੋਰਟ ਦਾ ਇਹ ਬੈਂਚ GST ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੀ ਜਾਂਚ ਕਰ ਰਿਹਾ ਹੈ ਬੈਂਚ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਐਡੀਸ਼ਨਲ ਸੈਲੀਸਟਰ ਜਰਨਲ ਐਸ ਵੀ ਰਾਜੂ ਨੂੰ ਕਿਹਾ ਕਿ ਇਸ ਐਕਟ ਤਹਿਤ ਕਿਸੇ ਵੀ ਵਿਅਕਤੀ ਨੂੰ ਤਲਾਸ਼ੀ ਅਤੇ ਜ਼ਬਤੀ ਦੌਰਾਨ ਟੈਕਸ ਦੇਣਦਾਰੀ ਅਦਾ ਕਰਨ ਲਈ ਮਜਬੂਰ ਕਰਨ ਦੀ ਕੋਈ ਸ਼ਕਤੀ ਨਹੀਂ ਹੈ ਆਪਣੇ ਵਿਭਾਗ ਨੂੰ ਦੱਸੋ ਕਿ ਭੁਗਤਾਨ ਸਹਿ ਇੱਛਾ ਦੇ ਨਾਲ ਕੀਤਾ ਜਾਣਾ ਚਾਹੀਦਾ ਅਤੇ ਕੋਈ ਜ਼ੋਰ ਨਹੀਂ ਵਰਤਿਆ ਜੁਣਾ ਚਾਹੀਦਾ ਤੁਹਾਨੂੰ ਕਥਿਤ ਅਪਰਾਧੀਆਂ ਨੂੰ ਸੋਚਨ-ਸਲਾਹ ਲੈਣ ਅਤੇ ਆਪਣੀ ਜ਼ਿੰਮੇਵਾਰੀਆਂ ਨਿਭੋਣ ਲਈ 3-4 ਦਿਨ ਦੇਣੇ ਪਹਿਣਗੇ ਇਹ ਸਵੈ ਇਛਿਤ ਹੋਣਾ ਚਾਹੀਦਾ ਹੈ ਅਤੇ ਕੋਈ ਤਮਕੀ ਜਾਂ ਜ਼ਬਰਦਸਤੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਐਸਵੀ ਰਾਜੂ ਨੇ ਜੀਐਸਟੀ ਉਗਰਾਹੀ ਦੌਰਾਨ ਅਤੀਤ ਵਿੱਚ ਤਾਕਤ ਦੀ ਵਰਤੋਂ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਤਲਾਸ਼ੀ ਅਤੇ ਜ਼ਬਤ ਦੌਰਾਨ ਜ਼ਿਆਦਾਤਰ ਭੁਗਤਾਨ ਸਵੈ ਇੱਛਾ ਦੇ ਨਾਲ ਕੀਤੇ ਗਏ ਹਨ ਉਹਨਾਂ ਨੇ ਜੀਐਸਟੀ ਕਾਨੂੰਨ ਤੇ 3 ਦਿਨ ਪਰ ਚੱਲੀ ਸੁਣਵਾਈ ਚ ਕਿਹਾ ਕਿ ਵਸੂਲੀ ਦੇ ਦੋਵਾਂ ਤਰੀਕਿਆਂ ਦੀ ਸੰਭਾਵਨਾ ਹਾਂ ਪਰ ਜ਼ਿਆਦਾਤਰ ਭੁਗਤਾਨ ਆਪਣੀ ਮਰਜ਼ੀ ਨਾਲ ਜਾਂ ਕੁਝ ਦਿਨ ਬਾਅਦ ਕਿਸੇ ਵਕੀਲ ਨਾਲ ਸਲਾਹ ਕਰਕੇ ਕੀਤੇ ਜਾਂਦੇ ਹਨ ਉੱਥੇ ਹੀ ਅਤੀਤ ਵਿੱਚ ਕੁਝ ਉਦਾਹਰਨਾਂ ਹੋ ਸਕਦੀਆਂ ਹਨ ਪਰ ਇਹ ਆਦਰਸ਼ ਨਹੀਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਨਾ ਦੇ ਕ੍ਰੀਮਨਗਰ ਚ ਪਹਿਲੀ ਵਾਰ ਅੰਡਾਨੀ ਬਾਨੀ ਦਾ ਜ਼ਿਕਰ ਕਰਕੇ ਰਾਹੁਲ ਗਾਂਧੀ ਤੇ ਨਿਸ਼ਾਨਾ 사ਤੇ ਆਹਨਾਂ ਨੇ ਕਿਹਾ ਪਿਛਲੇ 5 ਸਾਲਾਂ ਤੋਂ ਕਾਂਗਰਸ ਦੇ ਸਰਦਾਰ ਦਿਨ ਰਾਤ ਇਹੀ ਬਾਲਾ ਜਬਦੇ ਰਹੇ ਹਨ 5 ਉਦਯੋਗਪਤੀਆਂ ਬਾਨੀ ਅਤੇ ਅੰਡਾਨੀ ਪਰ ਜਦੋਂ ਤੋਂ ਉਹਨਾਂ ਦਾ ਐਲਾਨ ਹੋ ਗਿਆ ਉਹਨਾਂ ਨੇ ਅਮਬਾਨੀ ਅੰਡਾਨੀ ਨੂੰ ਗਾਲਾਂ ਕੱਢਣੀਆਂ ਬੰਦ ਕਰ ਦਿੱਤੀਆਂ ਕਿਉਂ ਪੀਐਮ ਨੇ ਕਿਹਾ ਮੈਂ ਕਾਂਗਰਸ ਦੇ ਰਾਜਕੁਮਾਰ ਤੋਂ ਪੁੱਛਣਾ ਚਾਹੁੰਦਾ ਕਿ ਉਹਨਾਂ ਨੇ ਅੰਡਾਨੀ ਅਤੇ ਅਮਬਾਨੀ ਦੋ ਕਿੰਨੀ ਦੌਲਤ ਇਕੱਠੀ ਕੀਤੀ ਹੈ ਕਿ ਤੁਸੀਂ ਕਾਲੇ ਤੰਦ ਦੀ ਇੱਕ ਬੋਰੀ ਘਵਾ ਦਿੱਤੀ ਹੈ ਕਾਂਗਰਸ ਪਾਰਟੀ ਨੇ ਉਹਨਾਂ ਉਦਯੋਗਪਤੀਆਂ ਤੋਂ ਚੋਣਾ ਲਈ ਕਿੰਨਾ ਪੈਸਾ ਲਿਆ ਕਿ ਟੈਂਪੂ ਪਰ ਕੇ ਮਾਲ ਆ ਗਿਆ ਹੈ ਪ੍ਰਧਾਨ ਮੰਤਰੀ ਦੇ ਬਿਆਨ ਤੇ ਕਾਂਗਰਸ ਪ੍ਰਧਾਨ ਮਲਕਾ ਅਰਜੁਨ ਖੜਗੇ ਨੇ ਕਿਹਾ ਸਮਾ ਬਦਲ ਰਿਹਾ ਹੈ ਦੋਸਤ ਦੋਸਤ ਨਹੀਂ ਰਿਹਾ ਤੀਜੇ ਪੜਾ ਦੀ ਵੋਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੇ ਹੀ ਦੋਸਤਾਂ ਤੇ ਹਮਲਾਵਾਰ ਬਣ ਗਏ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਜੀ ਦੀ ਕੁਰਸੀ ਹਿਲ ਰਹੀ ਹੈ ਇਹ ਨਤੀਜੇ ਦੇ ਅਸਲ ਰੁਝਾਨ ਹਨ ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ ਕਿ ਤਿੰਨ ਪੜਾਵਾਂ ਦੀਆਂ ਚੋਣਾਂ ਤੋਂ ਬਾਅਦ ਨਰਿੰਦਰ ਮੋਦੀ ਇੰਨੇ ਕਬਰਾ ਗਏ ਹਨ ਕਿ ਉਹਨਾਂ ਨੇ ਅੰਡਾਨੀ ਅੰਬਾਨੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਰਾਹੁਲ ਜੀ ਅੰਡਾਨੀ ਅੰਬਾਨੀ ਦਾ ਨਾਮ ਨਹੀਂ ਲੈਂਦੇ। ਸੱਚਾਈ ਇਹ ਹੈ ਕਿ 3 ਅਪ੍ਰੈਲ ਤੋਂ ਰਾਹੁਲ ਗਾਂਧੀ ਨੇ 103 ਵਾਰ ਅੰਡਾਨੀ ਅਤੇ 30 ਵਾਰ ਅੰਬਾਨੀ ਦਾ ਨਾਮ ਲਿਆ ਹੈ। ਲਿਆ ਹੈ। ਸਾਬਕਾ ਵਿਧਾਇਕ ਬੀਬੀ ਸੁਖਜੀਤ ਕੋਸ਼ਾਈ ਸ਼ਾਹੀ ਆਕਾਲੀ ਦਲ ਨੂੰ ਛੱਡ ਕੇ ਪਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪਾਜਪੜ ਦੇ ਪ੍ਰਧਾਨ ਅਜੇ ਕੋਸ਼ਲ ਸੇਠੂ ਹੋਰਾ ਕਰਦੇ ਹੋਏ ਗੱਲਬਾਤ ਦਰਨ ਕਿਹਾ ਕਿ ਦੁਪਹਿਰ 3:30 ਵਜੇ ਪੰਜਾਹ ਪਾਜਪਾ ਦੇ ਪ੍ਰਧਾਨ ਸੁਨੀਲ ਜਾਕਰ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਅਤੇ ਪਾਜਪਾ ਦੇ ਉਮੀਦਵਾਰ ਅਨੀਤਾ ਸੋਮਪrakash ਅਤੇ ਹੋਰ ਪਾਜਪਾ ਉਹ ਦੇ ਦਾਰਾ ਦੀ ਹਾਜ਼ਰੀ ਵਿੱਚ ਬੀਬੀ ਸੁਖਜੀਤ ਕੋਸ਼ਾਈ ਪਾਜਪਾ ਵਿੱਚ ਸ਼ਾਮਲ ਹੋਏ ਜ਼ਿਕਰਯੋਗ ਹੈ ਕਿ ਬੀਬੀ ਸੁਖਜੀਤ ਕੋਸ਼ਾਈ ਦੇ ਪਤੀ ਅਮਰਜੀਤ ਸਿੰਘ ਸ਼ਾਹੀ ਵੀ ਵਾਸ਼ਪਾ ਦੇ ਵਿਧਾਇਕ ਰਹੇ ਹਨ ਉਹਨਾਂ ਦੇ ਅਚਾਨਕ ਮੌਤ ਬਾਅਦ ਬੀਬੀ ਸ਼ਾਹੀ ਨੂੰ ਟਿਕਟ ਮਿਲੀ ਅਤੇ ਉਹ ਜੇਤੂ ਰਹੇ ਸਨ ਬੀਬੀ ਸ਼ਾਹੀ ਕੁਝ ਸਮਾਂ ਪਹਿਲਾਂ ਕਾਲੀਦਾਲ ਵਿੱਚ ਚਲੇ ਗਏ ਸਨ ਜਿਨ੍ਹਾਂ ਦੀ ਅੱਜ ਤੋਂ ਫਿਰ ਪਾਸ਼ਪਾ ਲੀਡਰਸ਼ਿਪ ਵੱਲੋਂ ਘਰ ਵਾਪਸੀ ਕਰਵਾਈ ਜਾ ਰਹੀ ਹੈ ਜਿਸ ਨਾਲ ਸ਼ੌਮਨੀ ਕਾਲੀਦਾਲ ਨੂੰ ਵੱਡਾ ਝਟਕਾ ਲੱਗਾ ਹੈ ਇਸ ਗੱਲ ਦੀ ਪੁਸ਼ਟੀ ਬੀਬੀ ਸ਼ਾਹੀ ਦੇ ਲੜਕੇ ਹਰਸ਼ਿੰਦਰ ਸਿੰਘ ਸ਼ਾਹੀ ਨੇ ਵੀ ਕੀਤੀ ਹੈ ਬੋਲੀਵੁੱਡ ਦੇ ਕਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਦੇ ਮਾਮਲੇ ਨਾਲ ਸੰਬੰਧਿਤ ਨਜ਼ਦੀਕੀ ਪਿੰਡ ਸੁਖਚੇਰ ਦੇ ਵਾਸੀ ਅਨੁਸ਼ਥਾਪਨ ਦੀ ਲਾਸ਼ ਦਾ ਮੁਰ ਪੋਸਟਮਾਰਟਮ ਕਰਵਾਉਣ ਦੇ ਲਈ ਪਰਿਵਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਧਾਰਿਤ ਕੀਤੀ ਗਈ ਸੀ ਜਾਣਕਾਰੀ ਮੁਤਾਬਿਕ ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ ਅਨੁਸ਼ਥਾਪਨ ਦੀ ਮੌਤ ਬਾਅਦ ਉਸ ਦੀ ਲਾਸ਼ ਐਤਵਾਸਫਿਰੇ ਸਖਤ ਸੁਰੱਖਿਆ ਵਿਚਾਰ ਉਸ ਦੇ ਜੱਦੀ ਪਿੰਡ ਸੁਖਚੇਰ ਲਿਆਂਦੀ ਗਈ ਜਿੱਥੇ ਬਿਸ਼नोई ਸਮਾਜ ਨੇ ਅਨੁਸ਼ ਦੀ ਲਾਸ਼ ਦਾ ਮੁਰ ਪੋਸਟਮਾਰਟਮ ਕਰਵਾਉਣ ਲਈ ਹਾਈ ਕੋਰਟ ਚ ਪਟੀਸ਼ਨ ਧਾਰਿਤ ਕਰਨ ਦਾ ਫੈਸਲਾ ਕੀਤਾ ਸੀ ਇਸ ਤੋਂ ਬਾਅਦ ਪਰਿਵਾਰ ਵੱਲੋਂ ਦਾਇਰ ਪਟੀਸ਼ਨ ਤੇ ਮੱਦੇ ਨਜ਼ਰ ਹਾਈ ਕੋਰਟ ਨੇ ਦੋ ਦਿਨਾਂ ਚ ਫਰੀਦਕੋਟ ਮੈਡੀਕਲ ਕਾਲਜ ਤੋਂ ਅਨੁਸ਼ਠਾਪਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਹਨ ਅਨੁਸ਼ਠੀ ਲਾਸ਼ ਨੂੰ ਉਸ ਦੇ ਕਾਰ ਸੁਰੱਖਿਤ ਰੱਖਿਆ ਗਿਆ ਹੈ ਲੋਕ ਸਭਾ ਚੋਣਾਂ ਚ ਪੂਰਬੀ ਦਿੱਲੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨਈਆ ਕੁਮਾਰ ਦੀ ਚੋਣ ਮਹਿੰਮ ਪੂਰੇ ਦੇਸ਼ ਚ ਸੁਰਖੀਆਂ ਦੇ ਵਿੱਚ ਹੈ ਇੱਕ ਵਾਰ ਜਦੋਂ ਕਨਈਆ ਕੁਮਾਰ ਸਟੇਜ ਤੋਂ ਤੱਥਾਂ ਨਾਲ ਬੋਲਣਾ ਸ਼ੁਰੂ ਕਰ ਦਿੰਦੇ ਹਨ ਤਾਂ ਲੋਕ ਅਚਾਨਕ ਉਨ੍ਹਾਂ ਵੱਲ ਆਕਰਸ਼ਿਤ ਹੋਣ ਲੱਗ ਪੈਂਦੇ ਹਨ ਇੱਥੇ ਦਾਨ ਨੂੰ ਦੱਸ ਦਈਏ ਕਿ ਕਨਈਆ ਦੇ ਨਾਲ ਵੀ ਜੇ ਜੇ ਐਨ ਯੂ ਦੇ ਵਿਦਿਆਰਥੀਆਂ ਨੇ ਦੇਸ਼ ਦੇ ਸਿਆਸਤ ਚ ਐਂਟਰੀ ਕੀਤੀ ਹੈ ਅਤੇ ਵੱਡੀਆਂ ਉਚਾਈਆਂ ਹਾਸਲ ਕੀਤੀਆਂ ਹਨ ਮੌਜੂਦਾ ਕੇਂਦਰ ਸਰਕਾਰ ਵਿੱਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਵੀ ਦਿੱਲੀ ਦੀ ਸਿਵਕਾਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਹਾਲਾਂਕਿ ਦੋਵਾਂ ਨੇ ਯੂਨੀਵਰਸਿਟੀ ਵਿੱਚ ਰਹਿੰਦੇ ਆ ਵਿਦਿਆਰਥੀਆਂ ਦੀ ਸਿਆਸਤ ਵਿੱਚ ਹਿੱਸਾ ਨਹੀਂ ਲਿਆ ਜੈ ਸ਼ੰਕਰ ਨੇ ਜੀ ਐਨ ਯੂ ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਆਪਣੀ ਪੀ ਐਚ ਡੀ ਕੀਤੀ ਜਿੱਥੇ ਉਹਨਾਂ ਨੇ ਪਰਮਾਣੂ ਕੂਟਨੀਤੀ ਵਿੱਚ ਮਹਾਰਤ ਹਾਸਲ ਕੀਤੀ ਦੂਜੇ ਪਾਸੇ ਨਿਰਮਲਾ ਸਿਤਾਰਮਨ ਜੀ ਐਨ ਯੂ ਤੋਂ ਅਰਥ ਸ਼ਾਸਤਰ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਅਤੇ ਐਮ ਫਿਲਡੀ ਡਿਗਰੀ ਪੂਰੀ ਕਰਨ ਲਈ 1984 ਚ ਦਿੱਲੀ ਆ ਐਸਾਂ ਜੀ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਯੂਨੀਵਰਸਿਟੀ ਟੀਵੀ ਦੇ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ